ਐਕਟ ਦੀਆਂ ਸਾਰੀਆਂ ਜ਼ਮੀਨਾਂ ਕਾਇਰ ਕਰਕੇ ਕਬਜ਼ਾ ਸਰਕਾਰ ਨੇ ਲੈ ਲਿਆ। ਅਗਲੇ ਦਿਨ ਸੂਬੇ ਦੀ ਮੀਟਿੰਗ ਸੀ, ਇੱਕ ਦਿਨ ਛੱਡ ਕੇ ਅਸੀਂ ਜਾ ਕੇ ਕਬਜ਼ਾ ਲੈ ਲਿਆ। ਪਰ ਅਗਲੇ ਦਿਨ ਹੀ ਪ੍ਰਧਾਨ ਮੰਤਰੀ ਨੇ ਮੁੱਖ ਸਕੱਤਰਾਂ ਦੀ ਮੀਟਿੰਗ ਰੱਖੀ ਹੋਈ ਸੀ, ਉਹਦੇ 'ਚ ਇਹਨੂੰ ਜਵਾਬ ਤਲਬਣਾ ਸੀ ਕਿ ਭਾਰਤਮਾਲਾ ਪ੍ਰੋਜੈਕਟ ਦੀਆਂ ਜ਼ਮੀਨਾਂ ਦਾ ਕਬਜ਼ਾ ਕਿਉਂ ਨਹੀਂ ਲਿਆ। ਉਹ ਸਟੇਟਮੈਂਟ ਨੇ ਇਹਨੂੰ ਫਰੀ ਕਰਤਾ। ਸੰਤਰੀ ਮੰਤਰੀ ਹੈ ਜਿਹੜੇ ਪੀਐਸ ਗੋਇਲ, ਉਹਨੇ ਮੀਟਿੰਗ ਕਰਾ ਕੇ ਫਿਰ ਇਹਨੂੰ ਇੱਕ ਤੋਹਫਾ ਦਿੱਤਾ ਕਿ ਪੰਜਾਬ ਨੂੰ ਇੱਕ ਸਮਾਰਟ ਸ਼ਹਿਰ ਦੇਤਾ ਰਾਜਪੁਰਾ। ਜਾਨੀ ਉਹਦੇ ਗੁਣਗਾਨ ਭਗਵੰਤ ਮਾਨ ਦੀ ਸਰਕਾਰ ਆ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਵੀਰਾਂ ਦੇ ਬਾਰੇ ਕਿਉਂ ਨਹੀਂ ਸੋਚਿਆ ਗਿਆ ਤੇ ਹੁਣ ਵੀ ਉਸ ਨੂੰ ਜਿਹੜੇ ਕਿਸਾਨੀ ਬਿੱਲ ਹੈਗੇ ਆ ਉਹਨਾਂ ਨੂੰ ਪੈਂਡਿੰਗ ਕਿਉਂ ਰੱਖਿਆ ਜਾ ਰਿਹਾ? ਸੋ ਬੀਜੇਪੀ ਨੂੰ ਇਸ ਤੇ ਸੋਚਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਨਕਾਰਤਾ ਔਰ ਬੀਜੇਪੀ ਦਾ ਅਗਰ ਇਹੀ ਰਵੱਈਆ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦਾ ਨਾਮ ਵੀ ਪੰਜਾਬ ਦੇ ਵਿੱਚ ਨਹੀਂ ਰਹੇਗਾ। ਜਿਹੜਾ ਜਾਣਦਾ ਸੀ ਉਹ ਇੰਨਾ ਸ਼ਲਾਘਾਯੋਗ ਹੈ ਜਿਹਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਨਹੀਂ ਸੌਖੀ ਆ। ਇੱਕ ਬੰਦੇ ਨੇ ਕਿਸੇ ਕਾਰਨ ਕਰਕੇ ਇੱਕ ਪੁਲਿਸ ਵਾਲੇ ਦੇ ਥੱਪੜ ਮਾਰਿਆ, ਆਪਣੇ ਬੰਦੇ ਨੇ ਉਹਨੂੰ ਰੋਕਿਆ ਕਿ ਨਹੀਂ ਬਈ ਐਂ ਨਹੀਂ ਕਰਨਾ। ਇੱਧਰ ਪੁਲਿਸ ਵਾਲਿਆਂ ਨੇ ਵੀ ਜਦੋਂ ਇੱਕ ਪੁਲਿਸ ਵਾਲਾ ਗੱਡੀ ਦੇ ਵਿੱਚ ਖੋਦ ਮਾਰ ਰਿਹਾ ਹੈ ਆਪਣੇ ਆਗੂ ਦੇ ਤਾਂ ਉਹਨੂੰ ਪੁਲਿਸ ਵਾਲਿਆਂ ਨੇ ਰੋਕਿਆ। ਯਾਨੀ ਬਿਨਾਂ ਕਿਸੇ ਟਕਰਾਓ ਦੇ ਆਪਾਂ ਉਹ ਜ਼ਮੀਨ 'ਤੇ ਕਬਜ਼ਾ ਕਰ ਲਿਆ। ਮੇਰਾ ਕਹਿਣ ਦਾ ਮਤਲਬ ਇਹ ਕਿ ਭਗਵੰਤ ਮਾਨ ਦੀ ਸਰਕਾਰ ਉਹਨਾਂ ਨੀਤੀਆਂ ਜਿਹੜੀਆਂ ਨੀਤੀਆਂ ਕਾਂਗਰਸ ਕਰਦੀ ਰਹੀ ਹੈ, ਜਿਹੜੀਆਂ ਨੀਤੀਆਂ 'ਤੇ ਬੀਜੇਪੀ ਖੜ ਕੇ ਰਾਜ ਕਰਦੀ ਹੈ, ਜਿਹੜੀਆਂ ਨੀਤੀਆਂ 'ਤੇ ਅਕਾਲੀ ਕਹਿੰਦੇ ਕੈਲੀਫੋਰਨੀਆ ਬਣਾਉਣਾ, ਉਹੀ ਨੀਤੀਆਂ 'ਤੇ ਇਹ ਸਰਕਾਰ ਵੀ ਚੱਲ ਰਹੀ ਹੈ। ਇੱਕ ਜਰਮਨੀ ਦੀ ਕੰਪਨੀ ਨੂੰ ਬੁਲਾਇਆ ਵੀ ਆ ਜਾਓ ਜੀ ਪੂੰਜੀ ਨਿਵੇਸ਼ ਕਰੋ, ਟਾਟਾ ਸਟੀਲ ਕੰਪਨੀ ਨੂੰ ਬੁਲਾਇਆ ਆ ਜਾਓ ਜੀ ਪੂੰਜੀ ਨਿਵੇਸ਼ ਕਰੋ, ਇੱਕ ਪੂਨੇ ਦੀ ਕੰਪਨੀ ਨੂੰ ਸੱਦਾ ਦਿੱਤਾ। ਯਾਨੀ ਜੇ ਪੂੰਜੀ ਕੋਈ ਲਾਉਣ ਆਉਂਦਾ ਇੱਥੇ, ਕਿਹਾ ਜਾਂਦਾ ਕਿ ਇਹ ਜਿਹੜੀਆਂ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ ਇਹਦੇ ਨਾਲ ਪੰਜਾਬ ਦੇ ਬਾਰੇ ਨੇੜੇ ਹੋ ਜਾਣਗੇ। ਜਿਹੜਾ ਰਾਜਪੁਰੇ ਨੂੰ ਸੰਤੀ ਸ਼ਹਿਰ ਬਣਾਉਣਾ ਹੈ ਉਹ 'ਚ ਲਗਭਗ 64,000 ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ। ਵੀ ਜਿਹੜੀ ਇਹ ਗਿਣਤੀਆਂ ਮਿਲਤੀਆਂ ਨੇ ਵੀ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਣਾ, ਨਾਲ ਜਿਹੜੇ ਪੂੰਜੀ ਲਾਉਣ ਵਾਲੀਆਂ ਕੰਪਨੀਆਂ ਨੇ ਪੂੰਜੀਪਤੀ ਕੰਪਨੀਆਂ ਉਹ ਕਿਸ ਮਕਸਦ ਨਾਲ ਆ ਰਹੀਆਂ ਨੇ। ਜਿੰਨੀਆਂ ਭਾਰਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ, 8 ਪ੍ਰੋਜੈਕਟ ਨੇ ਪੰਜਾਬ ਦੇ, ਇਹ ਸਾਰੀਆਂ ਸੜਕਾਂ ਬੰਦਰਗਾਹਾਂ ਨਾਲ, ਹਵਾਈ ਅੱਡਿਆਂ ਨਾਲ, ਰੇਲਵੇ ਸਟੇਸ਼ਨਾਂ ਨਾਲ ਤੇ ਕੌਮੀ ਮਾਰਗਾਂ ਨਾਲ ਸਾਰੀਆਂ ਟੱਚ ਕੀਤੀਆਂ ਜਾਣੀਆਂ ਨੇ। ਉਸੇ ਤਰ੍ਹਾਂ ਦੀ ਪਾਲਿਸੀ
ਜਿਵੇਂ ਅੰਗਰੇਜ਼ਾਂ ਨੇ ਰੇਲਾਂ ਕੱਢੀਆਂ ਸੀ, ਜਦੋਂ ਕਿਹਾ ਵੀ ਰੇਲਾਂ ਕੱਢ ਕੇ ਅੰਗਰੇਜ਼ਾਂ ਨੇ ਤਾਂ ਲੋਕਾਂ ਦਾ ਵਿਕਾਸ ਕਰਤਾ, ਅੰਗਰੇਜ਼ਾਂ ਨੇ ਮੌਜ ਕਰਤੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਸਤੇ, ਤੁਹਾਡੀ ਸਹੂਲਤ ਦਾ ਪ੍ਰਚਾਰ ਹੋਇਆ ਵੀ ਡਿਵੈਲਪਮੈਂਟ ਕਰ ਰਹੀ ਹੈ ਅੰਗਰੇਜ਼ੀ ਹਕੂਮਤ, ਪਰ ਉਹ ਤੁਹਾਡੀ ਖਾਤਰ ਰੇਲਾਂ ਨਹੀਂ ਸੀ ਲਾਈਆਂ, ਉਹ ਰੇਲਾਂ ਲਾਈਆਂ ਸੀ ਕਿ ਬੰਦਰਗਾਹਾਂ ਤੋਂ ਆਪਦਾ ਮਾਲ ਢੋਣਾ, ਐਸ ਮੰਡੀ ਚ ਲਿਆਉਣਾ ਤੇ ਮਰਜ਼ੀ ਦੇ ਰੇਟਾਂ ਤੇ ਵੇਚਣਾ। ਇੱਥੋਂ ਦਾ ਮਾਲ, ਕੱਚਾ ਮਾਲ ਰੇਲਾਂ ਰਾਹੀਂ ਲੈ ਕੇ ਜਾਣਾ, ਬੰਦਰਗਾਹਾਂ ਤੇ ਪਹੁੰਚਾਉਣਾ, ਉੱਥੋਂ ਆਪਦੇ ਦੇਸ਼ ਚ ਭੁੱਜਣਾ, ਉਹਤੋਂ ਮੁਨਾਫਾ ਲੈਣਾ। ਇਹਦੀ ਖਾਤਰ ਰੇਲਾਂ ਕੱਢੀਆਂ ਸੀ। ਇਸੇ ਤਰ੍ਹਾਂ ਇੱਥੇ ਪੰਜਾਬ ਚ ਘੱਟੋ ਘੱਟ 7 ਡੈਂਪ ਕੌਮੀ ਸ਼ਾਹ ਮਾਰਗ ਦੇ ਕੋਲੇ ਬਣਦੇ ਨੇ। ਇੱਕ ਡੈਂਪ ਦੇ ਵਿੱਚ 1000 ਏਕੜ ਜ਼ਮੀਨ ਕਾਇਰ ਕਰਨੀ ਹੈ। ਜਿੱਥੇ ਡੈਂਪ ਹੋਊਗਾ ਉੱਥੇ ਵੱਡਾ ਸ਼ਾਪਿੰਗ ਮਾਲ, ਉੱਥੇ ਵੱਡੇ ਰੈਸਟੋਰੈਂਟ, ਉੱਥੇ ਪੈਟਰੋਲ ਪੰਪ, ਉੱਥੇ ਕਿਹੜੇ ਕਲੋਨੀਆਂ ਰਹਿਣ ਦੀਆਂ, ਉਹਨਾਂ ਖਾਤਰ ਜ਼ਮੀਨਾਂ ਕਾਇਰ।